ਬੈਕ ਟੂ ਮਾਈ ਅਨਦਰ ਵਲੌਗ। ਸੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਡੇ ਕੁਐਸਚਨਾਂ ਦਾ ਦਵਾਂਗੇ ਆਪਾਂ ਜਵਾਬ। ਇਹ ਮੇਰੀ ਸੈਕਿੰਡ ਵੀਡੀਓ ਹੈਗੀ ਹੈ ਜਿਹਦੇ ਵਿੱਚ ਕਿ ਮੈਂ ਕੁਐਸਚਨਾਂ ਦੇ ਜਵਾਬ ਦੇ ਰਿਹਾ। ਸੋ ਜਿਹਨੇ ਫਸਟ ਵੀਡੀਓ ਨਹੀਂ ਦੇਖੀ ਉਹ ਮੈਂ ਇੱਥੇ ਪਾਊਂਗਾ ਅਤੇ ਉਹ ਤੁਸੀਂ ਜਾ ਕੇ ਚੈੱਕ ਕਰ ਲਿਓ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ, ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਇਹ ਜਸਟ ਆਪਾਂ 1000 ਸਬਸਕ੍ਰਾਈਬਰ ਕ੍ਰੋਸ ਕੀਤੇ ਨੇ ਅਤੇ ਆਪਾਂ ਵਧਣਾ ਹੈਗਾ ਅਤੇ ਇਸ ਕਰਕੇ ਮੈਨੂੰ ਤੁਹਾਡੇ ਪਿਆਰ ਦੀ ਲੋੜ ਹੈਗੀ ਹੈ। ਸਬਸਕ੍ਰਾਈਬ ਕਰੋ ਮੇਰਾ ਚੈਨਲ ਤਾਂ ਕਿ ਤੁਹਾਨੂੰ ਇਮੀਡੀਏਟਲੀ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਮੇਰੀ ਹਰੇਕ ਨਵੀਂ ਵੀਡੀਓ ਦੀ। ਸੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਪਹਿਲਾਂ ਰੱਖ ਲਈਏ ਲੈਪਟੋਪ ਪੱਟਾਂ 'ਤੇ ਅਤੇ ਫਿਰ ਜੱਟ ਦਊਗਾ ਜਵਾਬ। ਹੁਣ ਤੁਹਾਡੇ ਕੁਐਸਚਨਾਂ ਦਾ ਦੇਵਾਂਗੇ ਆਪਾਂ ਜਵਾਬ। ਸੋ ਫਸਟ ਕੁਐਸਚਨ ਆਪਾਂ ਚੱਕਦੇ ਹਾਂ। ਫਸਟ ਕੁਐਸਚਨ ਜਿਹੜਾ ਆਪਾਂ ਲੈਣ ਲੱਗੇ ਹਾਂ ਉਹ ਹੈਗਾ ਸਾਰਿਆਂ ਦਾ ਕੁਐਸਚਨ। ਇਹ ਕਾਫੀ ਜਣਿਆਂ ਨੇ ਪੁੱਛਿਆ, ਇੱਕੋ ਹੀ ਚੀਜ਼ ਪੁੱਛੀ ਜਾਂਦੇ। ਸੋ ਹੁਣ ਆਪਾਂ ਕੁਐਸਚਨ ਦੇ ਵੱਲ ਜਾਂਦੇ ਹਾਂ। ਕੁਐਸਚਨ ਇਹ ਹੈ ਕਿ ਸੈਲਫ ਐਂਟਰੀ ਹੋ ਜਾਂਦੀ ਹੈ ਵੀਰ ਜੀ ਕਿ ਨਹੀਂ? ਫਸਟ, ਸੈਲਫ ਐਂਟਰੀ ਇੱਕ ਵੱਖਰੀ ਚੀਜ਼ ਹੈ ਅਤੇ ਲੀਗਲ ਐਂਟਰੀ ਇੱਕ ਵੱਖਰੀ ਚੀਜ਼ ਹੈ। ਸੋ ਸੈਲਫ ਐਂਟਰੀ ਇੱਕ ਵੱਖਰੀ ਚੀਜ਼ ਹੈ ਅਤੇ ਲੀਗਲ ਐਂਟਰੀ ਇੱਕ ਵੱਖਰੀ ਚੀਜ਼ ਹੈ। ਦੂਜੀ ਵਾਰ ਦੱਸ ਰਿਹਾ ਕਿਉਂਕਿ ਤੁਸੀਂ ਕਨਫਿਊਜ਼ ਨਾ ਹੋ ਜਦੋਂ ਤੁਸੀਂ ਕੁਐਸਚਨ ਪੁੱਛਦੇ ਹੋ ਤਾਂ ਉਦੋਂ ਬੰਦਾ ਕਨਫਿਊਜ਼ ਹੋ ਜਾਂਦਾ, ਤੁਹਾਨੂੰ ਉਹ ਸੈਲਫ ਐਂਟਰੀ ਦੇ ਬਾਰੇ ਦੱਸ ਰਿਹਾ ਹੁੰਦਾ ਅਤੇ ਬਟ ਤੁਸੀਂ ਪੁੱਛ ਰਹੇ ਹੋ ਲੀਗਲ ਐਂਟਰੀ ਬਾਰੇ। ਸੋ ਇਸ ਕਰਕੇ ਸੈਲਫ ਐਂਟਰੀ ਵੱਖਰੀ ਚੀਜ਼ ਹੈ, ਲੀਗਲ ਐਂਟਰੀ ਹੈਗੀ ਹੈ ਵੱਖਰੀ ਚੀਜ਼। ਫਸਟ ਤੁਹਾਨੂੰ ਦੱਸ ਦਿਓ ਕਿ ਲੀਗਲ ਐਂਟਰੀ ਕੀ ਚੀਜ਼ ਹੈ। ਸੋ ਜਦੋਂ ਤੁਸੀਂ ਆਪਦੀ ਕੰਟਰੀ ਦੇ ਵਿੱਚੋਂ ਜਦੋਂ ਤੁਸੀਂ ਪੁਰਤਗਾਲ ਐਂਟਰ ਹੁੰਦੇ ਹੋ ਤਾਂ ਤੇ ਤੁਹਾਨੂੰ ਦੱਸਣਾ ਹੁੰਦਾ ਇਸ ਕੰਟਰੀ ਨੂੰ ਕਿ ਅਸੀਂ ਇਸ ਕੰਟਰੀ ਦੇ ਵਿੱਚ ਆ ਚੁੱਕੇ ਹਾਂ। ਸੋ ਉਹ ਤੁਹਾਨੂੰ ਜਦੋਂ ਦੱਸਣ ਦੇ ਪ੍ਰੋਸੀਜਰ ਨੂੰ ਕਹਿੰਦੇ ਆ ਕਿ ਲੀਗਲ ਐਂਟਰੀ। ਤੁਸੀਂ ਦੱਸ ਦਿੰਦੇ ਹੋ ਅਤੇ ਉਹ ਤੁਹਾਨੂੰ ਰਿਸਿਪਟ ਕੱਟ ਕੇ ਦੇ ਦਿੰਦੇ ਆ, ਉਸ ਡੇਟ ਦੀ ਰਿਸਿਪਟ ਕੱਟ ਕੇ ਦੇ ਦਿੰਦੇ ਆ ਅਤੇ ਉਹਨੂੰ ਕਹਿੰਦੇ ਆ ਲੀਗਲ ਐਂਟਰੀ ਕਿ ਮਤਲਬ ਤੁਸੀਂ ਉੱਥੇ ਜਾ ਕੇ ਦੱਸਤਾ ਸੀਗਾ ਆਪਦੇ ਵੀਜ਼ੇ ਦੇ ਅੰਦਰ ਅੰਦਰ, ਆਪਦੇ ਵੀਜ਼ੇ ਦੇ ਅੰਦਰ ਅੰਦਰ ਜਾ ਕੇ ਤੁਸੀਂ ਦੱਸਤਾ ਸੀਗਾ ਕਿ ਅਸੀਂ ਇਸ ਕੰਟਰੀ ਦੇ ਵਿੱਚ ਆ ਚੁੱਕੇ ਹਾਂ। ਸੋ ਉਸ ਤੋਂ ਬਾਅਦ ਉਹ ਤੁਹਾਨੂੰ ਰਿਸਿਪਟ ਦੇ ਦਿੰਦੇ ਆ, ਉਹ ਹੁੰਦੀ ਹੈ ਲੀਗਲ ਐਂਟਰੀ। ਫਿਰ ਤੁਸੀਂ ਸਗਰੋਂਸੋ ਸ਼ੈਲ ਬਣਾਉਂਦੇ ਹੋ, ਫਿਰ ਤੁਸੀਂ ਫਾਈਨੈਂਸ ਬਣਾਉਂਦੇ ਹੋ, ਫਿਰ ਤੁਸੀਂ ਕੰਮ 'ਤੇ ਜਾਂਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਟੈਕਸ ਪੇ ਕਰਦੇ ਹੋ ਆਪਦੇ 6 ਮਹੀਨਿਆਂ ਦੇ। ਜਦੋਂ ਤੁਹਾਡੇ ਡਾਕੂਮੈਂਟ ਰੈਡੀ ਹੋ ਜਾਂਦੇ ਆ, ਕੰਟਰੈਕਟ ਸਭ ਐਵਰੀਥਿੰਗ, ਕੰਟਰੈਕਟ ਟੈਕਸ ਚਲੇ ਜਾਂਦੇ ਆ, 6 ਟੈਕਸ ਚਲੇ ਜਾਂਦੇ ਆ, ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟ ਐਂਟਰ ਕਰਾਉਣੇ ਹੁੰਦੇ ਆ। ਹੁਣ ਧਿਆਨ ਦੇਣਾ, ਜਦੋਂ ਸਾਰੇ ਡਾਕੂਮੈਂਟ ਤਿਆਰ ਹੋ ਜਾਂਦੇ ਫਿਰ ਤੁਸੀਂ ਆਪਦੀ ਡੇਟ ਲੈਣੀ ਹੁੰਦੀ ਹੈ ਫਿੰਗਰ ਕਰਾਉਣ ਦੀ। ਉਹ ਡੇਟ ਕਿੱਦਾਂ ਮਿਲਦੀ ਹੈ? ਡਾਕੂਮੈਂਟ ਜਮ੍ਹਾਂ ਕਰਾਉਣ 'ਤੇ, ਅਤੇ ਡਾਕੂਮੈਂਟ ਜਮ੍ਹਾਂ ਕਰਾਉਣ ਨੂੰ ਕੀ ਕਹਿੰਦੇ ਆ? ਸੈਲਫ ਐਂਟਰੀ। ਸੋ ਉਹ ਹੁੰਦੀ ਹੈ ਸੈਲਫ ਐਂਟਰੀ ਕਿ ਡਾਕੂਮੈਂਟ ਜਮ੍ਹਾਂ ਕਰਾਉਂਦੇ ਹੋ ਤੁਸੀਂ, ਉਦੋਂ ਹੁੰਦੀ ਹੈ ਸੈਲਫ ਐਂਟਰੀ। ਉਸ ਤੋਂ ਬਾਅਦ ਤੁਹਾਨੂੰ ਡੇਟ ਮਿਲ ਜਾਂਦੀ ਹੈ ਫਿੰਗਰਾਂ ਦੀ, ਜਿੰਨਾ ਕੁ ਵੀ ਉਹ ਪ੍ਰੋਸੈਸ ਜਿੰਨਾ ਕੁ ਵੀ ਉਹ ਟਾਈਮ ਲੈਂਦੇ, ਉਸ ਤੋਂ ਬਾਅਦ ਤੁਹਾਨੂੰ ਡੇਟ ਮਿਲ ਜਾਂਦੀ ਹੈ ਫਿੰਗਰਾਂ ਦੀ। ਉੱਥੇ ਜਾ ਕੇ ਤੁਸੀਂ ਆਪਣੇ ਫਿੰਗਰ ਦਾ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਸੋ ਲੀਗਲ ਐਂਟਰੀ ਜਦੋਂ ਤੁਸੀਂ ਆਉਂਦੇ ਹੋ ਪੁਰਤਗਾਲ ਅਤੇ ਆ ਕੇ ਇੱਥੇ ਦੱਸਦੇ ਹੋ, ਉਹਨੂੰ ਕਹਿੰਦੇ ਆ ਕਿ ਲੀਗਲ ਐਂਟਰੀ। ਜਦੋਂ ਸਾਰੇ ਡਾਕੂਮੈਂਟ ਤੁਹਾਡੇ ਰੈਡੀ ਹੋ ਜਾਂਦੇ ਆ ਫਿਰ ਤੁਸੀਂ ਐਂਟਰ ਕਰਾਉਂਦੇ ਹੋ ਫਿੰਗਰਾਂ ਦੀ ਡੇਟ ਲੈਣ ਵਾਸਤੇ, ਤਾਂ ਉਹਨੂੰ ਕਹਿੰਦੇ ਸੈਲਫ ਐਂਟਰੀ। ਸੋ ਲੀਗਲ ਐਂਟਰੀ ਦਾ ਕਲੀਅਰ ਹੋ ਗਿਆ ਹੋਣਾ ਅਤੇ ਸੈਲਫ ਐਂਟਰੀ ਵੀ ਕਲੀਅਰ ਹੋ ਗਈ ਹੋਣੀ। ਹੁਣ ਤੁਹਾਨੂੰ ਹੁਣ ਜਿਹੜੇ ਕੁਐਸਚਨ ਆਉਣਗੇ ਹੁਣ ਸ਼ਾਇਦ ਤੁਸੀਂ ਕਲੀਅਰ ਹੋ ਕੇ ਉਹਦਾ ਸਹੀ ਤਰ੍ਹਾਂ ਅਸੀਂ ਵੀ ਜਵਾਬ ਦੇ ਸਕਾਂਗੇ ਕਿ ਕੀ ਚੀਜ਼ ਤੁਸੀਂ ਪੁੱਛ ਰਹੇ ਹੋ। ਸੋ ਲੀਗਲ ਐਂਟਰੀ ਵੱਖਰੀ ਚੀਜ਼ ਹੈ, ਸੈਲਫ ਐਂਟਰੀ ਵੱਖਰੀ ਚੀਜ਼ ਹੈ। ਸੋ ਸੈਕਿੰਡ ਕੁਐਸਚਨ ਵੀ ਹੁਣ ਸਾਰਿਆਂ ਦਾ ਆਹ, ਮੈਨੂੰ ਲੱਗਦਾ ਵੀਡੀਓ ਸਾਰਿਆਂ ਕੇ ਜਿਹੜੇ ਕੁਐਸਚਨ ਜ਼ਿਆਦਾ ਪੁੱਛੇ ਜਾ ਰਹੇ ਆ ਉਹਦੀ ਹੀ ਬਣੂਗੀ। ਸੋ ਸੈਕਿੰਡ ਕੁਐਸਚਨ ਬਹੁਤ ਜਣਿਆਂ ਨੇ ਪੁੱਛਿਆ ਉਹ ਹੈਗਾ, ਸੋ ਸੈਕਿੰਡ ਕੁਐਸਚਨ ਹੈਗਾ ਕਿ TRC ਮਿਲਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ? ਇਹ ਵੀ ਬਹੁਤ ਜਣਿਆਂ ਨੇ ਪੁੱਛਿਆ। ਸੋ ਇਹਦਾ ਜਵਾਬ ਦਿੰਦੇ ਹਾਂ ਤੁਹਾਨੂੰ, ਇਹਦਾ ਆਨਸਰ ਦਿੰਦੇ ਹਾਂ ਤੁਹਾਨੂੰ। TRC ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਹੁੰਦੀਆਂ ਨੇ, ਵਰਕ ਤੋਂ ਬਾਅਦ ਵੀ ਹੈਗੀ ਹੈ ਅਤੇ 122 ਦੇ ਐਕਟ ਦੇ ਵਿੱਚ ਤੋਂ ਬਾਅਦ ਵੀ ਹੈਗੀ ਹੈ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀ TRC ਹੈ। ਬਟ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਵਰਕ, ਜਿਹੜੇ ਵਰਕ ਕਰਕੇ ਟੈਕਸ ਪੇ ਕਰ ਰਹੇ ਉਹਨਾਂ ਨੂੰ ਜਿਹੜੀ TRC ਮਿਲਦੀ ਹੈ
ਉਹ ਮਿਲਦੀ ਹੈਗੀ ਹੈ 1.5 ਸਾਲ ਬਾਅਦ। 1.5 ਸਾਲ ਬਾਅਦ ਕਿਉਂ ਮਿਲਦੀ ਹੈਗੀ ਹੈ, ਕਿੰਨਾ ਕੁ ਟਾਈਮ ਲੱਗ ਜਾਂਦਾ ਇਹ ਅਪਰੋਕਸੀਮੇਟ ਆ, ਪੱਕਾ ਕੋਈ ਨਹੀਂ ਹੈਗਾ, ਪਰ 1.5 ਸਾਲ ਲੱਗ ਜਾਂਦਾ ਹੈਗਾ ਫਸਟ ਤੁਸੀਂ ਲੈਂਦੇ ਲੈਂਦੇ। ਉਹ ਕਿੱਦਾਂ ਦੇਖੋ, ਤੁਸੀਂ ਜਦੋਂ ਆਉਂਦੇ ਹੋ ਤੁਸੀਂ 1-2 ਮਹੀਨੇ ਕੰਮ ਲੱਭਦੇ ਹੋ, ਠੀਕ ਹੈ। ਉਸ ਤੋਂ ਬਾਅਦ ਤੁਸੀਂ 6 ਮਹੀਨੇ ਲਾ ਲਓ ਤੁਸੀਂ ਕੰਮ ਲੱਭਣ ਤੋਂ ਬਾਅਦ ਟੈਕਸ, ਜਦੋਂ 6 ਮਹੀਨੇ ਟੈਕਸ ਤੁਸੀਂ ਪੇ ਕਰਨਾ ਹੈ। ਸੋ ਉਸ ਤੋਂ ਬਾਅਦ ਤੁਸੀਂ ਡੇਟ ਲੈਣੀ ਹੈ, ਜਦੋਂ ਡੇਟ ਤੁਸੀਂ ਲੈਣੀ ਹੈ ਉਹ ਤੁਹਾਨੂੰ ਫਿੰਗਰਾਂ ਦੀ ਡੇਟ ਦੇ ਰਿਹਾ ਹੈ। 6 ਮਹੀਨੇ ਲੱਗ ਜਾਂਦੇ ਫਿੰਗਰਾਂ ਦੀ ਡੇਟ ਦਾ ਗੈਪ ਲਾ ਮੰਨ ਕੇ ਚੱਲੋ, 4 ਮਹੀਨਿਆਂ ਦੇ 6 ਮਹੀਨੇ ਦੇ ਵਿੱਚ ਮੰਨ ਕੇ ਚੱਲੋ, 4 ਮਹੀਨੇ 6 ਮਹੀਨੇ ਦੇ ਵਿੱਚ। ਸੋ ਉਦੋਂ ਤੁਹਾਡੀ ਆਉਂਦੀ ਫਿੰਗਰਾਂ ਦੀ ਡੇਟ, ਠੀਕ ਹੈ। ਹੋ ਗਿਆ ਸਾਲ, ਤੇ ਸਾਲ ਹੋ ਗਿਆ, ਉਸ ਤੋਂ ਬਾਅਦ ਫਿੰਗਰਾਂ ਦੀ ਡੇਟ ਤੋਂ ਬਾਅਦ ਉਹ ਆਪਦਾ ਪ੍ਰੋਸੈਸ ਸਟਾਰਟ ਕਰ ਦਿੰਦੇ ਹੈ, 3-4 ਮਹੀਨੇ ਉਹ ਲੈ ਲੈਂਦੇ ਹੈਗੇ। ਸੋ 1.5 ਸਾਲ ਮੰਨ ਕੇ ਚੱਲੋ ਤਕਰੀਬਨ ਵਰਕ ਵਾਲਿਆਂ ਨੂੰ ਜਿਹੜੇ ਕਿ ਟੈਕਸ ਪੇ ਕਰਕੇ ਲੈ ਰਹੇ ਨੇ, ਸੋ ਉਹਨਾਂ ਨੂੰ ਲੱਗ ਜਾਂਦਾ 1.5 ਸਾਲ ਫਸਟ TRC ਮਿਲਦੇ। ਸੋ ਹੋਪ ਕਰਨਾ ਆਹ ਕੁਐਸਚਨ ਵੀ ਤੁਹਾਡਾ ਕਲੀਅਰ ਹੋ ਗਿਆ ਹੋਣਾ। ਤੇ ਹੁਣ ਆਪਾਂ ਚੱਲਦੇ ਹਾਂ 3rd ਕੁਐਸਚਨ ਤੇ, ਇਹ ਵੀ ਸਾਰਿਆਂ ਦਾ ਹੀ ਪੁੱਛਿਆ ਹੋਇਆ। 3rd ਕੁਐਸਚਨ ਹੈ ਕਿ ਫੈਮਿਲੀ ਦੇ ਨਾਲ ਤੁਸੀਂ ਕਿੱਦਾਂ ਆ ਸਕਦੇ ਹੋ ਪੁਰਤਗਾਲ। ਸੋ ਇਹਦਾ ਆਨਸਰ ਦਿੰਦੇ ਹਾਂ ਤੁਹਾਨੂੰ, ਫੈਮਿਲੀ ਦੇ ਨਾਲ ਤੁਸੀਂ ਇੱਕ ਆ ਸਕਦੇ ਹੋ ਵਿਜ਼ਿਟ ਵੀਜ਼ਾ ਤੇ, ਟੂਰਿਸਟ ਵੀਜ਼ਾ ਤੇ, ਵਰਕ ਪਰਮਿਟ ਤੇ ਵੀ ਤੁਸੀਂ ਆ ਸਕਦੇ ਹੋ, ਪਰ ਤੁਹਾਡਾ ਏਜੰਟ ਵਧੀਆ ਹੋਣਾ ਚਾਹੀਦਾ, ਉਹ ਤੁਹਾਡੀ ਫੈਮਿਲੀ ਨੂੰ ਵਰਕ ਪਰਮਿਟ ਦਵਾ ਸਕਦਾ ਹੈ। ਬਟ ਵਰਕ ਪਰਮਿਟ ਸਿੰਗਲ ਬੰਦੇ ਨੂੰ ਜ਼ਿਆਦਾ ਮਿਲ ਰਿਹਾ, ਉਹਦੀ ਪਰਸੈਂਟੇਜ ਜ਼ਿਆਦਾ ਹਾਈ ਹੈ ਕਿ ਉਹਨੂੰ ਉਹਦੇ ਪ੍ਰੋਸੈਸ ਰੇਟ, ਉਹਦਾ ਸਕਸੈਸ ਰੇਟ ਜ਼ਿਆਦਾ ਹਾਈ ਹੈ ਕਿ ਸਿੰਗਲ ਬੰਦੇ ਨੂੰ ਵਰਕ ਪਰਮਿਟ ਮਿਲਦਾ। ਜਦੋਂ ਫੈਮਿਲੀ ਆ ਸਕਦੀ ਹੈ ਟੂਰਿਸਟ ਵੀਜ਼ਾ 'ਤੇ ਆ ਸਕਦੀ ਹੈ, ਵਿਜ਼ਿਟ ਵੀਜ਼ਾ 'ਤੇ ਆ ਸਕਦੀ ਹੈ। ਜਾਂ ਫੈਮਿਲੀ ਤੁਹਾਡੀ ਉਦੋਂ ਆ ਸਕਦੀ ਹੈ ਕਿ ਤੁਸੀਂ ਇੱਥੋਂ ਦੇ ਰੈਜੀਡੈਂਸ ਹੋਲਡਰ ਹੋ ਜਾਂ ਸਿਟੀਜ਼ਨਸ਼ਿਪ ਹੋਲਡਰ ਹੋ, ਤੁਹਾਡੀ ਫੈਮਿਲੀ ਆਰਾਮ ਨਾਲ ਆ ਸਕਦੀ ਹੈਗੀ ਹੈ। ਇਸ 'ਤੇ ਪੂਰੀ ਵੀਡੀਓ ਬਣ ਸਕਦੀ ਹੈ ਇੱਕ ਆਹ ਟੋਪਿਕ 'ਤੇ, ਬਟ ਤੁਹਾਨੂੰ ਨੋਰਮਲ ਦੱਸ ਦੇਵਾਂ, ਫੈਮਿਲੀ ਆ ਸਕਦੀ ਹੈ ਟੂਰਿਸਟ ਵੀਜ਼ਾ 'ਤੇ, ਅਤੇ ਜਾਂ ਇੱਥੇ ਕੋਈ ਸਿਟੀਜ਼ਨਸ਼ਿਪ ਹੈ ਰੈਜੀਡੈਂਸ ਹੋਲਡਰ ਹੈ ਉਹ ਵੀ ਮੰਗਾ ਸਕਦਾ ਆਪਦੀ ਫੈਮਿਲੀ। ਸੋ ਹੋਪ ਕਰਦਾ ਕੁਐਸਚਨ ਤੁਹਾਡਾ ਕਲੀਅਰ ਹੋ ਗਿਆ ਹੋਣਾ, ਬਟ ਇਸ 'ਤੇ ਇੱਕ ਹੋਰ ਵੀਡੀਓ ਬਣਾਵਾਂਗੇ ਪੂਰੀ। ਸੋ ਉਨੇ ਚਿਰ ਤੁਸੀਂ ਸਬਸਕ੍ਰਾਈਬ ਕਰੋ ਇੰਸਟਾਗ੍ਰਾਮ, ਸੱਚ ਇੰਸਟਾਗ੍ਰਾਮ 'ਤੇ ਬਹੁਤ ਵਧੀਆ ਰਿਸਪੋਂਸ ਆ ਰਿਹਾ, ਅਤੇ ਤੁਸੀਂ ਇੰਸਟਾਗ੍ਰਾਮ 'ਤੇ ਜਾ ਕੇ ਲਿੰਕ ਪਾਉਂਦਾ ਮੈਂ, ਅਤੇ ਇੰਸਟਾਗ੍ਰਾਮ 'ਤੇ ਜਾ ਕੇ ਮੈਨੂੰ ਤੁਸੀਂ ਫੋਲੋ ਕਰ ਲਓ, ਉੱਥੇ ਹੀ ਜਵਾਬ ਦੇ ਰਿਹਾ ਮੈਂ। ਫੇਸਬੁੱਕ 'ਤੇ ਵੀ ਨਹੀਂ ਦਿੱਤੇ ਜਾ ਰਹੇ ਕਿਉਂਕਿ ਉਹ ਪੇਜ ਕਦੇ ਕਦੇ ਨੋਟੀਫਿਕੇਸ਼ਨ ਨਹੀਂ ਸੈਂਡ ਕਰਦਾ ਮੈਨੂੰ, ਆਪਾਂ ਜਿਹੜੀ ਮੈਂ ID ਯੂਜ਼ ਕਰ ਰਿਹਾ। ਸੋ ਇਸ ਕਰਕੇ ਤੁਸੀਂ ਇੰਸਟਾਗ੍ਰਾਮ ਦਾ ਲਿੰਕ ਮੈਂ ਤੁਹਾਨੂੰ ਇੱਥੇ ਪਾਉਣ ਲੱਗਾ, ਅਤੇ ਇੰਸਟਾਗ੍ਰਾਮ 'ਤੇ ਜਾ ਕੇ ਮੈਨੂੰ ਤੁਸੀਂ ਫੋਲੋ ਕਰੋ, ਅਤੇ ਤੁਹਾਡਾ ਉੱਥੇ ਹੀ ਮੈਂ ਜਵਾਬ ਦੇ ਰਿਹਾ ਹੈਗਾ। ਅਤੇ ਹੋਪ ਕਰਦਾ ਕਿ ਆਹ 3rd ਕੁਐਸਚਨ ਵੀ ਕਲੀਅਰ ਹੋ ਗਿਆ ਹੋਊਗਾ ਫੈਮਿਲੀ ਵਾਲਾ। ਇੱਕ ਵਾਰੀ ਦੁਬਾਰਾ ਦੱਸਦਾ ਕਿਉਂਕਿ ਤੁਸੀਂ ਮੇਰੇ ਆਪਣੇ ਹੀ ਹੋ ਗਏ ਹੋ, ਅਤੇ ਤੁਹਾਡੇ ਲਈ ਹੀ ਟਾਈਮ ਕੱਢਿਆ। ਇੱਕ ਵਾਰੀ ਦੁਬਾਰਾ ਦੱਸਦੀ ਹੈ ਕਿ ਫੈਮਿਲੀ ਟੂਰਿਸਟ ਬੇਸ ਜਾਂ ਰੈਜੀਡੈਂਸ ਹੋਲਡਰ ਜਾਂ ਸਿਟੀਜ਼ਨਸ਼ਿਪ ਹੀ ਮੰਗਾ ਸਕਦਾ। ਸੋ ਹੋਪ ਕਰਦਾ, ਵਰਕ ਪਰਮਿਟ 'ਤੇ ਵੀ ਆਉਂਦੀਆਂ ਨੇ ਬਟ ਉਹਦਾ ਸਕਸੈਸ ਰੇਟ ਬਹੁਤ ਲੋਅ ਹੈ। ਸੋ ਖੱਜਲ ਬਹੁਤ ਹੋ ਜਾਂਦਾ ਬੰਦਾ, ਇਸ ਕਰਕੇ ਇਹਦਾ ਆਨਸਰ ਆਹੀ ਹੈ ਜੋ ਕਿ ਮੈਂ ਪਿੱਛੇ ਬੋਲਿਆ 2-3 ਮਿੰਟ ਤੋਂ। ਸੋ ਹੋਪ ਕਰਦਾ ਤੁਸੀਂ ਆਹ ਕੁਐਸਚਨ ਤੁਹਾਡਾ ਕਲੀਅਰ ਹੋ ਗਿਆ ਹੋਣਾ, ਅਤੇ ਆਪਾਂ ਚੱਲਦੇ ਹਾਂ 4th ਕੁਐਸਚਨ 'ਤੇ। ਸੋ 4th ਕੁਐਸਚਨ ਹੈਗਾ ਕਿ ਸਟੂਡੈਂਟ ਵੀਜ਼ਾ ਦੀਆਂ ਰਿਕੁਆਇਰਮੈਂਟ ਜਾਂ ਸਟੂਡੈਂਟ ਵੀਜ਼ਾ ਕਿੱਦਾਂ ਲੱਗਦਾ। ਸੋ ਇਹ ਮੈਂ ਸ਼ੋਰਟ ਦੇ ਵਿੱਚ ਦੱਸਣਾ ਚਾਹਾਂਗਾ ਕਿਉਂਕਿ ਇਹਦੇ ਵਾਸਤੇ ਮੈਂ ਇੱਕ ਪੂਰੀ ਵੀਡੀਓ ਬਣਾਉਣੀ ਹੈ, ਕਿਉਂਕਿ ਵੀਡੀਓ ਮੇਰੇ ਪਲੈਨ ਥੋੜ੍ਹੇ ਤਿਆਰ ਨੇ, ਉਹ ਉਸ ਉਹਨੂੰ ਪਰਸਿਊ ਕਰਾਂਗਾ ਤਾਂ ਵਧੀਆ ਰਹੂਗਾ, ਬਟ ਕੁਐਸਚਨ ਆਨਸਰ ਵੀ ਤੁਹਾਨੂੰ ਦਿੰਦੇ ਰਹਾਂਗੇ। ਬਟ ਤੁਹਾਨੂੰ ਸ਼ੋਰਟ 'ਚ ਦੱਸ ਦੇਵਾਂ ਕਿ 2 ਟਾਈਪ ਦੇ ਵੀਜ਼ੇ ਮਿਲਦੇ ਆ ਸਟੂਡੈਂਟ ਵੀਜ਼ਾ, ਇੱਕ ਤਾਂ ਸ਼ੋਰਟ ਸਟੱਡੀ ਵੀਜ਼ਾ ਮਿਲਦਾ ਵੀਜ਼ਾ ਸੀ, ਅਤੇ ਇੱਕ ਮਿਲਦਾ ਹੈਗਾ ਲੌਂਗ ਟਰਮ ਵੀਜ਼ਾ ਜਿਹੜਾ ਨੂੰ ਕਹਿੰਦੇ ਆ ਵੀਜ਼ਾ D, ਠੀਕ ਹੈ। ਜੋ ਸ਼ੋਰਟ ਸਟੱਡੀ ਵੀਜ਼ਾ ਹੁੰਦਾ ਉਹ ਹੁੰਦਾ 6 ਮਹੀਨਿਆਂ ਦਾ ਹੁੰਦਾ, ਅਤੇ ਜਿਹੜਾ ਲੌਂਗ ਹੁੰਦਾ ਵੀਜ਼ਾ D ਉਹ ਹੋ ਜਾਂਦਾ 1-2-3 ਸਾਲ ਦਾ ਵੀ ਹੋ ਜਾਂਦਾ, ਕਿਉਂਕਿ ਲੌਂਗ ਕੋਰਸਿਸ ਹੁੰਦੇ ਨੇ ਅਤੇ ਉੱਥੇ ਟਾਈਮ ਲੱਗ ਜਾਂਦਾ। ਕਈ ਰਿਕੁਆਇਰਮੈਂਟਸ ਨੇ ਉਹਦੇ ਵਾਸਤੇ ਇੱਕ ਵੀਡੀਓ ਪੂਰੀ ਬਣਾਊਂਗਾ ਮੈਂ, ਕਿਉਂਕਿ ਫਿਰ ਇਹ ਟੋਪਿਕ ਇੱਦਾਂ ਦੱਸਿਆ ਨਹੀਂ ਜਾਣਾ, ਕਾਫੀ ਵੱਡਾ
ਕਿਉਂਕਿ ਦੱਸਣਾ ਪੈਂਦਾ ਕੀ ਰਿਕੁਆਇਰਮੈਂਟ ਹੈ, ਕਿਹੜੀਆਂ ਯੂਨੀਵਰਸਿਟੀਆਂ ਨੇ, ਕਿਹੜੀਆਂ ਅਪਲਾਈ, ਕਿਹੜੇ ਕੋਰਸ ਚੱਲ ਰਹੇ ਨੇ ਉਸ ਯੂਨੀਵਰਸਿਟੀ ਦੇ ਵਿੱਚ। ਸੋ ਉਹਦੇ ਵਾਸਤੇ ਇੱਕ ਹੋਰ ਵੀਡੀਓ ਬਣਾਊਂਗਾ, ਬਟ ਤੁਹਾਨੂੰ ਇੱਕ ਵਾਰੀ ਫਿਰ ਦੱਸ ਦੇਵਾਂ, ਸ਼ੋਰਟ ਵੀਜ਼ਾ 6 ਮਹੀਨਿਆਂ ਦਾ ਹੁੰਦਾ ਅਤੇ ਲੌਂਗ ਵੀਜ਼ਾ 1 ਸਾਲ 1.5 ਸਾਲ 3 ਸਾਲ ਦਾ ਵੀ ਕਈ ਯੂਨੀਵਰਸਿਟੀ ਦੇ ਰਹੀਆਂ ਨੇ। ਉਹ ਤੁਹਾਨੂੰ ਮੈਂ ਦੱਸੂਗਾ ਕਿਹੜੀਆਂ ਯੂਨੀਵਰਸਿਟੀਆਂ ਨੇ। ਪਹਿਲਾਂ ਤੁਸੀਂ ਯੂਨੀਵਰਸਿਟੀ ਲੱਭਣੀ ਹੁੰਦੀ ਹੈ, ਉਸ ਤੋਂ ਬਾਅਦ ਤੁਸੀਂ ਦੇਖਣਾ ਹੁੰਦਾ ਕੋਰਸ ਕਿੰਨੇ ਮਹੀਨਿਆਂ ਦਾ ਹੈ, ਉਸ ਤੋਂ ਬਾਅਦ ਜਿਹੜਾ ਕੋਰਸ ਤੁਹਾਨੂੰ ਸਹੀ ਲੱਗ ਰਿਹਾ ਫਿਰ ਉਹਦੀ ਅਸੈਪਟੈਂਸ ਲੈਟਰ ਮੰਗਾਉਣੀ ਹੁੰਦੀ ਹੈ। ਇੱਕ ਸ਼ੋਰਟ ਵੀਜ਼ਾ ਹੁੰਦਾ ਉਹ 6 ਮਹੀਨੇ ਦਾ ਹੁੰਦਾ ਅਤੇ ਲੌਂਗ ਵੀਜ਼ਾ 1 ਸਾਲ 2 ਸਾਲ 3 ਸਾਲ ਦਾ ਵੀ ਮਿਲਦਾ ਪਿਆ। ਸੋ ਆਹ ਹੈਗਾ ਕੁਸਚਨ ਦਾ ਆਂਸਰ, ਬਟ ਇਹਦੇ 'ਤੇ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ। ਇਸ ਕਰਕੇ ਤਾਂ ਹੀ ਕਹਿੰਦਾ ਤੁਸੀਂ ਸਬਸਕ੍ਰਾਈਬ ਕਰ ਲਓ ਕਿ ਕਦੇ ਉਹ ਵੀਡੀਓ ਪੈ ਜਾਵੇ ਅਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ। ਇਸ ਕਰਕੇ ਸਬਸਕ੍ਰਾਈਬ ਕਰ ਲਓ ਮੇਰਾ ਚੈਨਲ ਅਤੇ ਆਪਾਂ ਅਗਲੇ ਕੁਸਚਨ 'ਤੇ ਚੱਲਦੇ ਹਾਂ, ਕੁਸਚਨ ਨੰਬਰ 5 'ਤੇ। 5th ਕੁਸਚਨ ਹੈਗਾ ਕਿ ਹਾਊ ਟੂ ਮੇਕ ਵਲੋਗ ਦਾ ਪਾਰਟ 2 ਕਦੋਂ ਆਊਗਾ। ਸੋ ਉਹਦਾ ਪਾਰਟ 2 ਤਾਂ ਨਹੀਂ ਮੈਂ ਬਣਾ ਰਿਹਾ ਕਿਉਂਕਿ ਮੇਰੇ ਕੋਲ ਇਸ ਟਾਈਮ ਮੈਂ ਯੂਜ਼ ਕਰ ਰਿਹਾ ਆਪਣਾ ਜਿਹੜਾ ਕੈਮਰਾ, ਉਹੀ ਉਹ ਚੀਜ਼ ਤੁਹਾਨੂੰ ਮੈਂ ਦਿਖਾਉਣੀ ਹੈ, ਤਾਂ ਇਸ ਕਰਕੇ ਮੈਨੂੰ ਇੱਕ ਬਾਏ ਕਰਨਾ ਪੈਣਾ ਉਹ ਚੀਜ਼ ਦਿਖਾਉਣ ਵਾਸਤੇ। ਇੱਦਾਂ ਨਹੀਂ ਕਿ ਫੋਟੋਆਂ ਪਾ ਦੇਵਾਂ, ਕਿਉਂਕਿ ਉਹਦੇ ਫੀਚਰਸ ਨੇ ਇਸ ਕੈਮਰੇ ਦੇ, ਉਹ ਤੁਹਾਨੂੰ ਸਾਰਾ ਕੁਛ ਪੂਰਾ ਉਹਦੀ ਜਾਣਕਾਰੀ ਦੇਵਾਂਗੇ, ਪੂਰਾ ਉਹਨੂੰ ਡਿਸਕ੍ਰਿਪਸ਼ਨ ਦੇਵਾਂਗੇ। ਉਹਦੀ ਵਲੋਗ ਵਾਲੀ ਵੀਡੀਓ ਦਾ ਪਾਰਟ 2 ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਉਹਦੇ, ਕਿਉਂਕਿ ਜਿਹੜਾ ਕੈਮਰਾ ਮੈਂ ਯੂਜ਼ ਕਰ ਰਿਹਾ ਉਹ ਇਸ ਟਾਈਮ ਇੱਥੇ ਪਿਆ ਸਾਹਮਣੇ ਮੇਰੇ, ਅਤੇ ਤਾਂ ਉਹਨੂੰ ਜੇ ਮੈਂ ਹਿਲਾਉਣਾ ਤਾਂ ਫਿਰ ਵੀਡੀਓ ਸਾਰੀ ਖਰਾਬ ਹੋ ਜਾਂਦੀ ਹੈ। ਅਤੇ ਇਕੱਲਾ ਕਿਉਂਕਿ ਉਹ ਤੁਹਾਨੂੰ ਮੈਂ ਪੂਰਾ ਕੈਮਰਾ ਹੀ ਸਮਝਾਉਣਾ ਕਿ ਕੀ ਟੈਕਨੀਕਸ ਹੁੰਦੀਆਂ ਨੇ, ਕਿਵੇਂ ਤੁਸੀਂ ਵਰਤ ਸਕਦੇ ਹੋ, ਕਿਹੜਾ ਸੋਫਟਵੇਅਰ ਵਰਤ ਸਕਦੇ ਹੋ ਤੁਸੀਂ ਅਤੇ ਕਿੱਦਾਂ ਕਿੱਦਾਂ ਫੀਚਰਸ ਵਰਤ ਸਕਦੇ ਹੋ ਤੁਸੀਂ। ਸੋ ਉਹ ਵੀਡੀਓ ਦਾ ਵੀ ਪਾਰਟ 2 ਆਪਾਂ ਬਣਾਵਾਂਗੇ, ਬਟ ਥੋੜ੍ਹੀ ਦੇਰ ਬਾਅਦ, ਕਿਉਂਕਿ ਹਜੇ ਇਨਵੈਸਟਮੈਂਟ ਕਰਨੀ ਪੈਣੀ ਹੈ ਉਸ ਚੀਜ਼ ਵਾਸਤੇ। ਕੈਮਰਾ ਇੱਕ ਤੁਹਾਨੂੰ ਲਿਆਵਾਂਗੇ, ਇੱਕ ਹੋਰ ਕੈਮਰਾ ਲਿਆਵਾਂਗੇ ਜਿਹੜਾ ਕਿ ਵੀਡੀਓ ਰਿਕਾਰਡ ਕਰੂਗਾ, ਅਤੇ ਇੱਕ ਕੈਮਰਾ ਜਿਹੜਾ ਕਿ ਤੁਹਾਨੂੰ ਮੈਂ ਦਿਖਾਊਂਗਾ ਕਿ ਉਹਦੇ ਫੀਚਰ ਕਿੱਦਾਂ ਹੈ। ਇਸ ਕਰਕੇ ਮੈਂ ਉਹ ਪਾਰਟ 2 ਨਹੀਂ ਬਣਾ ਰਿਹਾ। ਸੋ ਉਹ ਕਰਦਾ, ਕੁਸਚਨ ਕਲੀਅਰ ਹੋ ਗਿਆ ਹੁਣ, ਅਤੇ ਅੱਗੇ ਚੱਲਦੇ ਹਾਂ। 6th ਕੁਸਚਨ ਹੈਗਾ ਕਿ ਅਸੀਂ ਜੇ ਟੂਰਿਸਟ ਵੀਜ਼ੇ 'ਤੇ ਆ ਜਾਈਏ ਅਤੇ ਅਸੀਂ ਕੰਮ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਜਦੋਂ ਤੁਸੀਂ ਟੂਰਿਸਟ ਵੀਜ਼ੇ 'ਤੇ ਆਉਂਦੇ ਹੋ, ਵੈਸੇ ਦੱਸਣਾ ਤਾਂ ਨਹੀਂ ਚਾਹੀਦਾ ਮੈਨੂੰ, ਪਰ ਦੱਸਣਾ ਪੈ ਰਿਹਾ, ਜਦੋਂ ਤੁਸੀਂ ਟੂਰਿਸਟ ਵੀਜ਼ੇ 'ਤੇ ਆਉਂਦੇ ਹੋ ਤੁਸੀਂ ਕੰਮ ਤਾਂ ਨਹੀਂ ਕਰ ਸਕਦੇ, ਠੀਕ ਹੈ। ਟੂਰਿਸਟ ਵੀਜ਼ੇ 'ਤੇ ਤੁਸੀਂ ਕੰਮ ਨਹੀਂ ਕਰ ਸਕਦੇ, ਟੂਰਿਸਟ ਵਾਸਤੇ ਤੁਸੀਂ ਇਸ ਕੰਟਰੀ ਨੂੰ ਦੇਖਣ ਆਏ ਹੋ, ਠੀਕ ਹੈ। ਤਾਂ ਤੁਹਾਨੂੰ ਆਉਣ ਦੀ ਜਾਣ ਦੀ ਟਿਕਟ ਕਰਾ ਕੇ ਆਉਣੀ ਪੈਂਦੀ ਹੈ, ਅਤੇ ਕਈ ਚੀਜ਼ਾਂ ਨਹੀਂ ਲਿਆਉਣੀਆਂ ਹੁੰਦੀਆਂ। ਉਹਦੇ ਵਾਸਤੇ ਮੈਂ ਇੱਕ ਵੀਡੀਓ ਬਣਾਈ ਹੈ, ਉਹ ਤੁਸੀਂ ਦੇਖ ਲਿਓ, ਪਿਛਲੀਆਂ ਵੀਡੀਓ 'ਤੇ ਹੀ ਹੈਗੀ ਆ, ਵੈਸੇ ਇੱਥੇ ਨਹੀਂ ਮੈਂ ਪਾਊਂਗਾ ਹੁਣ ਕਿਉਂਕਿ ਬਹੁਤ ਬਹੁਤ ਵੀਡੀਓ ਪੈ ਜਾਣੀ ਆ, ਫਿਰ ਤੁਸੀਂ ਕਨਫਿਊਜ਼ ਹੋਣ ਕਿਹੜੀ ਵੀਡੀਓ 'ਤੇ ਕਲਿੱਕ ਕਰਨਾ। ਸੋ ਸਾਰੀਆਂ ਵੀਡੀਓ ਚੈੱਕ ਕਰ ਲਿਓ, ਉਹਦੇ ਵਿੱਚ ਤੁਹਾਨੂੰ ਉਹ ਇਨਫੋਰਮੇਸ਼ਨ ਵੀ ਮਿਲੂਗੀ ਕਿ ਕੀ ਲੈ ਕੇ ਆਉਣਾ ਜਿਹਦੇ 'ਤੇ ਕੀ ਨਹੀਂ। ਸੋ ਇਸ ਤੁਹਾਨੂੰ ਦੱਸ ਦਈਏ ਕਿ ਟੂਰਿਸਟ ਵੀਜ਼ੇ 'ਤੇ ਤੁਸੀਂ ਕੰਮ ਨਹੀਂ ਕਰ ਸਕਦੇ, ਬਟ ਜਦੋਂ ਤੁਸੀਂ ਲੀਗਲ ਐਂਟਰੀ ਕਰਾਉਂਦੇ ਹੋ, ਜੇ ਤੁਸੀਂ ਫਾਈਨੈਂਸ ਨੰਬਰ ਅਪਲਾਈ ਕਰਦੇ ਹੋ ਤੁਹਾਨੂੰ ਫਾਈਨੈਂਸ ਨੰਬਰ ਆ ਜਾਂਦਾ, ਸਗਰੋਂਸ਼ੋ ਸ਼ਾਲ ਤੁਸੀਂ ਅਪਲਾਈ ਕਰਦੇ ਹੋ ਸਗਰੋਂਸ਼ੋ ਸ਼ਾਲ ਤੁਹਾਡਾ ਆ ਜਾਂਦਾ, ਫਿਰ ਤੁਸੀਂ ਇੱਥੇ ਕੰਮ ਕਰ ਸਕਦੇ ਹੋ। ਜਦੋਂ ਤੁਹਾਨੂੰ ਫਾਈਨੈਂਸ ਨੰਬਰ ਜਾਂ ਸੋਸ਼ਲ ਨੰਬਰ ਇਹ ਕੰਟਰੀ ਦੇ ਦਿੰਦੀ ਹੈ, ਇਸ ਕਰਕੇ ਤੁਹਾਨੂੰ ਅਸੈਪਟ ਕਰ ਲੈਂਦੀ ਹੈ ਇਸ ਕੰਟਰੀ ਕਿ ਤੁਸੀਂ ਇੱਥੇ ਕੰਮ ਕਰ ਸਕਦੇ ਹੋ। ਉਹ ਪੱਕੇ ਪੁੱਕੇ ਹੋਣ ਵਾਲੀ ਗੱਲ ਹੈਗੀ ਹੈ ਬਾਅਦ 'ਚੋਂ, ਬਟ ਤੁਸੀਂ ਫਾਈਨੈਂਸ ਨੰਬਰ ਸਗਰੋਂਸ਼ੋ ਸ਼ਾਲ ਨੰਬਰ ਜਦੋਂ ਤੱਕ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਉਸ ਟਾਈਮ ਤੁਸੀਂ ਕੰਮ ਕਰ ਸਕਦੇ ਹੋ। ਬਟ ਜੇ ਤੁਹਾਡੇ ਕੋਲ ਕੰਟਰੈਕਟ ਹੋਵੇ ਅਤੇ ਟੈਕਸ ਵੀ ਪੇ ਕਰੋ ਤਾਂ ਤੁਸੀਂ ਪੇਪਰ ਲੈ ਸਕਦੇ ਹੋ, ਜੇ ਤੁਸੀਂ ਟੈਕਸ ਵੀ ਪੇ ਕਰ ਰਹੇ ਹੋ ਕੰਮ ਕਰਨ ਦੇ ਨਾਲ ਨਾਲ। ਇੱਦਾਂ ਨਾ ਹੋਵੇ ਕਿ ਤੁਸੀਂ ਟੈਕਸ ਨਾ ਪੇ ਕਰੋ, ਸਿਰਫ ਕੰਮ ਕਰਦੇ ਰਹੋ, ਫਿਰ ਤੁਸੀਂ ਨਾ ਪੇਪਰ ਦੇ ਨੇੜੇ ਜਾਓਗੇ ਅਤੇ ਨਾ ਤੁਸੀਂ ਟੂਰਿਸਟ ਵਾਲੇ ਵਜੋਂਗੇ, ਇਸ ਕਰਕੇ ਇੱਕ ਤਰ੍ਹਾਂ ਦਾ ਇਲੀਗਲ ਵਜੋਂਗੇ। ਸੋ ਜਦੋਂ ਫਾਈਨੈਂਸ ਨੰਬਰ
ਸਗਰੋਂਸ਼ੋ ਸ਼ਾਲ ਨੰਬਰ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਕੰਮ ਕਰ ਸਕਦੇ ਹੋ, ਬਟ ਟੈਕਸ ਪੇ ਕਰਨੇ ਜ਼ਰੂਰੀ ਹੈਗੇ ਇਸ ਕੰਟਰੀ ਦੇ ਵਿੱਚ। ਸੋ ਇਸ ਕੰਟਰੀ ਦੇ ਵਿੱਚ ਜੇ ਤੁਸੀਂ ਟੈਕਸ ਪੇ ਕਰ ਰਹੇ ਹੋ ਤਾਂ ਤੁਹਾਡੇ ਪੇਪਰ ਵੀ ਈਜ਼ੀ ਬਣ ਜਾਂਦੇ ਹੈ, ਬਟ ਲੀਗਲ ਐਂਟਰੀ ਜ਼ਰੂਰੀ ਹੈਗੀ ਹੈ ਟੂਰਿਸਟ ਵੀਜ਼ਾ ਵਾਲਿਆਂ ਨੂੰ ਵੀ। ਸੋ ਲੀਗਲ ਐਂਟਰੀ ਤੋਂ ਬਾਅਦ ਫਾਈਨੈਂਸ ਸਗਰੋਂਸ਼ੋ ਸ਼ਾਲ, ਉਸ ਤੋਂ ਬਾਅਦ ਕੰਮ, ਉਸ ਤੋਂ ਬਾਅਦ ਟੈਕਸ, ਉਸ ਤੋਂ ਬਾਅਦ ਫਿੰਗਰ ਉਸ ਤੋਂ ਬਾਅਦ ਸੈਲਫ ਐਂਟਰੀ, ਉਸ ਤੋਂ ਬਾਅਦ ਫਿੰਗਰ, ਉਸ ਤੋਂ ਬਾਅਦ ਵੇਟ ਕਰੋ ਤੁਸੀਂ ਆਪਦੇ ਕਾਰਡ। ਇਸ ਕੁਸ਼ਚਨ ਦੇ ਵਿੱਚ ਸਾਰਾ ਕੁਸ਼ਚਨ ਹੀ ਕਲੀਅਰ ਹੋ ਗਿਆ ਮੇਰੇ ਤੋਂ। ਸੋ ਇਹ ਹੈਗਾ ਸੀ 6th ਕੁਸ਼ਚਨ ਕਿ ਟੂਰਿਸਟ ਵੀਜ਼ਾ ਵਾਲੇ ਕੰਮ ਕਰ ਸਕਦੇ ਹੈ ਕਿ ਨਹੀਂ ਕਰ ਸਕਦੇ। ਕੰਮ ਕਰ ਸਕਦੇ ਹੈ ਜੇ ਤੁਹਾਨੂੰ ਆ ਕੰਟਰੀ ਸਗਰੋਂਸ਼ੋ ਸ਼ਾਲ ਫਾਈਨੈਂਸ ਨੰਬਰ ਦੇ ਰਹੀ ਹੈ ਤਾਂ ਤੁਸੀਂ ਕੰਮ ਕਰ ਸਕਦੇ ਹੋ, ਬਟ ਟੈਕਸ ਪੇ ਕਰਕੇ ਲੀਗਲ ਤਰੀਕੇ ਨਾਲ ਕੰਮ ਕਰੋ। ਸੋ ਹੋਪ ਕਰਦਾ ਕੁਸ਼ਚਨ ਤੁਹਾਡਾ ਕਲੀਅਰ ਹੋ ਗਿਆ ਹੁਣ। ਤਾਂ ਕੁਸ਼ਚਨ ਨੰਬਰ ਹੁਣ ਚੱਲਦੀ ਹੈ 7 ਤੇ। ਸੋ ਕੁਸ਼ਚਨ ਨੰਬਰ 7 ਤੇ ਚੱਲਦੇ ਆ। ਹਰੇਕ ਵੀਡੀਓ 'ਚ ਕੋਈ ਨਾ ਕੋਈ ਪੋਜ਼ਿਟਿਵ ਗੱਲ ਆ ਰਹੀ ਹੈਗੀ ਹੈ, ਪੋਜ਼ਿਟਿਵ ਕਮੈਂਟ ਆ ਰਿਹਾ, ਇਕੱਲੀ ਇਨਫੋਰਮੇਸ਼ਨ ਬਾਰੇ ਹੀ ਨਹੀਂ ਪੁੱਛ ਰਹੇ। ਸੋ ਆਹ ਕੁਸ਼ਚਨ ਚੱਕਦੇ ਹਾਂ। ਕਈਆਂ ਨੇ ਕਿਹਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਇੱਦਾਂ ਹੀ ਕਰਦੇ ਰਹੋ, ਬਟ ਆਹ ਕੁਸ਼ਚਨ ਤੋਂ ਮੈਂ ਤੁਹਾਨੂੰ ਰਿਕੁਐਸਟ ਹੀ ਕਰਨਾ ਚਾਹੂੰਗਾ ਕਿ ਤੁਸੀਂ ਸਬਸਕ੍ਰਾਈਬ ਕਰੋ ਜਿਹੜੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਉਹਦੇ, ਜਿਹੜਾ ਵੀ ਤੁਹਾਨੂੰ ਲੱਗ ਰਿਹਾ ਕਿ ਕੋਈ ਜਾਂ ਤੁਹਾਨੂੰ ਲੱਗਦਾ ਕਿ ਜਿਹਨੂੰ ਆਹ ਇਨਫੋਰਮੇਸ਼ਨ ਦੀ ਲੋੜ ਹੈਗੀ ਹੈ ਉਹਨੂੰ ਤੁਸੀਂ ਸੈਂਡ ਕਰੋ, ਸ਼ੇਅਰ ਕਰੋ ਆਪਦੇ ਫੇਸਬੁੱਕ 'ਤੇ, ਜੋ ਵੀ ਤੁਸੀਂ ਯੂਜ ਕਰ ਰਹੇ ਹੋ ਮਲਟੀਮੀਡੀਆ, ਸੋਸ਼ਲ ਮੀਡੀਆ ਮਲਟੀਮੀਡੀਆ ਜੋ ਵੀ ਤੁਸੀਂ ਯੂਜ ਕਰ ਰਹੇ ਹੋ ਅਤੇ ਉਹ ਤੁਸੀਂ ਉਸ 'ਤੇ ਤੁਸੀਂ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਨਾਲ ਦੀ ਨਾਲ, ਕਿਉਂਕਿ ਜਦੋਂ ਵੀ ਤੁਹਾਡੇ ਕੋਲ ਆਹ ਵੀਡੀਓ ਪਹੁੰਚਦੀ ਹੈ, ਕੋਈ ਵੀ ਵੀਡੀਓ ਪਹੁੰਚਦੀ ਹੈ ਮੇਰੀ, ਤਾਂ ਇੱਕੋਦਮ ਜਦੋਂ ਤੁਸੀਂ ਦੇਖਦੇ ਹੋ ਚੈੱਕ ਕਰਦੇ ਹੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਹੈ। ਤਾਂ ਯੂਟਿਊਬ ਦਾ ਇੱਕ ਐਲਗੋਰੀਦਮ ਹੈਗਾ ਕਿ ਉਹ ਜਦੋਂ ਤੁਸੀਂ ਇੱਕੋਦਮ ਕਲਿੱਕਾਂ ਹੁੰਦੀਆਂ ਨੇ ਵੀਡੀਓ ਦੇ ਉੱਤੇ ਤਾਂ ਉਹ ਆਪ ਭੇਜ ਦਿੰਦਾ ਆਪਦੀ ਵੀਡੀਓ ਨੂੰ, ਅਤੇ ਉਹ ਵੀਡੀਓ ਆਪਣੀ ਕਿਸੇ ਦੇ ਕੰਮ ਆ ਸਕਦੀ ਹੈ, ਕਿਉਂਕਿ ਕਿਸੇ ਨੂੰ ਸਰਚ ਕਰਨ ਦੀ ਲੋੜ ਨਹੀਂ। ਜੇ ਪੁਰਤਗਾਲ ਲਿਖੋਗੇ ਪੁਰਤਗਾਲ ਇਮੀਗ੍ਰੇਸ਼ਨ ਤਾਂ ਆਪਣੀ ਉਹ ਵੀਡੀਓ ਆ ਜੂਗੀ ਉਸ ਟਾਈਮ, ਬਟ ਉਹ ਕਲਿੱਕ 'ਤੇ ਜੇ ਤੁਸੀਂ ਦੇਖੂਗਾ ਕੋਈ ਤਾਂ ਆਉਂਦੀ ਹੈ। ਇਸ ਕਰਕੇ ਆਹ ਕੁਸ਼ਚਨ ਦਾ ਜਵਾਬ ਤਾਂ ਨਹੀਂ ਹੈ, ਇਹ ਕੁਸ਼ਚਨ ਤੋਂ ਰਿਕੁਐਸਟ ਹੈ ਕਿ ਸਬਸਕ੍ਰਾਈਬ ਕਰੋ ਚੈਨਲ ਜ਼ਿਆਦਾ ਤੋਂ ਜ਼ਿਆਦਾ, ਕਿਉਂਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਹੈ ਤਾਂ ਫਿਰ ਤੁਸੀਂ ਕਲਿੱਕ ਕਰਦੇ ਹੋ ਅਤੇ ਫਿਰ ਐਲਗੋਰੀਦਮ ਉਹ ਆਪਣੇ ਕੰਮ ਆਉਂਦੀ ਹੈ ਅਤੇ ਆਪਣਾ ਗਰੋ ਕਰਦਾ ਚੈਨਲ, ਅਤੇ ਉਸ ਨਾਲ ਮੋਟੀਵੇਟ ਰਹਿੰਦਾ ਮੈਂ ਅਤੇ ਇਸੇ ਚੀਜ਼ ਕਰਕੇ ਹੀ ਤੁਹਾਡੇ ਘਰ ਸਾਹਮਣੇ ਆਉਂਦਾ ਆਏ ਵੀ ਕੁਛ ਨਾ ਕੁਛ ਲੈ ਕੇ। ਅਤੇ ਜ਼ਰੂਰ ਤੁਸੀਂ ਸਬਸਕ੍ਰਾਈਬ ਆਪਣਾ ਹੀ ਲਾਓ ਕਿ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੁਹਾਡਾ ਹੀ ਹੈ, ਕਿਉਂਕਿ ਇੱਥੇ ਮੇਰਾ ਤਾਂ ਮੈਂ ਤਾਂ ਹੁਣ ਬੈਠਾ ਹੋਇਆ ਇੱਥੇ ਕਿ ਕਰੀ ਜਾਂਦਾ ਆਪਦਾ ਕੁਛ ਨਾ ਕੁਛ, ਅਤੇ ਤੁਸੀਂ ਹੁਣ ਜਿੰਨੇ ਸੋਚ ਰਹੇ ਪੁਰਤਗਾਲ ਆਉਣ ਦਾ ਉਹਦੇ ਵਾਸਤੇ ਜ਼ਰੂਰ ਇਸ ਵੀਡੀਓ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ ਜ਼ਰੂਰ। ਆਹ ਕੁਸ਼ਚਨ ਤੋਂ ਰਿਕੁਐਸਟ ਹੈ, ਆਂਸਰ ਨਹੀਂ ਹੈ, ਰਿਕੁਐਸਟ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਉ, ਸ਼ੇਅਰ ਲਾਈਕ ਸਬਸਕ੍ਰਾਈਬ ਕਰੋ। ਅਤੇ ਆਪਾਂ ਕੁਸ਼ਚਨ ਨੰਬਰ 8 'ਤੇ ਚੱਲਦੇ। ਸੋ ਅਗਲਾ ਕੁਸ਼ਚਨ ਹੈਗਾ ਕਿੰਨਾ ਰੈਂਟ ਹੈ, ਕਿੰਨਾ ਖਰਚਾ ਹੋ ਜਾਂਦਾ ਹੈ ਮਹੀਨੇ ਦਾ ਇੱਕ ਬੰਦੇ ਦਾ, ਇਹਦਾ ਆਂਸਰ ਦੇਣੇ ਹੈ। ਸੋ ਜੇ ਤੁਸੀਂ ਆਪਣੇ ਬੰਦਿਆਂ ਨਾਲ ਰਹਿ ਰਹੇ ਹੋ, ਗਰੁੱਪ ਦੇ ਵਿੱਚ ਰਹਿ ਰਹੇ ਹੋ, ਤਾਂ 60 ਤੋਂ 80 ਯੂਰੋ ਪਰ ਮੰਥ ਆ ਜਾਂਦਾ ਰੈਂਟ ਦਾ ਖਰਚਾ। ਸ਼ੇਅਰਿੰਗ ਦੇ ਵਿੱਚ ਤੁਸੀਂ ਫੂਡ ਬਿੱਲ ਗੈਸ ਐਵਰੀਥਿੰਗ ਕਰ ਰਹੇ ਹੋ ਤਾਂ ਉਹ ਤੁਸੀਂ ਮੰਨ ਕੇ ਚੱਲੋ 60-70 ਹੋਰ ਮੰਨ ਕੇ ਚੱਲੋ। ਸੋ ਟੋਟਲ ਤੁਸੀਂ ਮੰਨ ਕੇ ਚੱਲੋ 120-150। ਸੋ 150 ਤੱਕ ਖਰਚਾ ਆ ਜਾਂਦਾ ਇੱਕ ਬੰਦੇ ਦਾ ਇੱਥੇ, ਬਿਜਲੀ ਪਾਣੀ ਘਰ ਦਾ ਖਰਚਾ 150 ਤੋਂ ਲੈ ਕੇ ਚੱਲੋ 200 ਹੀ ਲੈ ਜਾਓ, ਕਿਉਂਕਿ ਵਧੀਆ ਤੋਂ ਵਧੀਆ ਜਿੰਨਾ ਵੀ 3 ਟਾਈਮ ਦੀ ਰੋਟੀ ਤਾਂ ਖਾਂਦਾ ਬੰਦਾ, ਤੋਂ ਇਸ ਕਰਕੇ 200 ਤੱਕ 150 ਤੋਂ 200 ਲੈ ਕੇ ਚੱਲੋ ਤੁਸੀਂ ਸਿਰਫ
ਖਾਣ ਦਾ ਤੇ ਘਰ ਦਾ ਖਰਚਾ 200 ਕੁ ਮੰਨ ਕੇ ਚਲੋ ਉਹ ਕਰਦਾ। ਆਹ ਕੁਐਸਚਨ ਤੁਹਾਡਾ ਕਲੀਅਰ ਹੋ ਗਿਆ ਹੁਣ, ਸੋ ਅੱਗੇ ਚੱਲਦੇ ਹਾਂ। ਆਹੀ ਕੁਐਸਚਨ ਹੈਗਾ ਅੱਗੇ ਕਿ ਫੈਮਿਲੀ ਦਾ ਕਿੰਨਾ ਖਰਚਾ ਆ ਜਾਂਦਾ, ਫੈਮਿਲੀ ਦਾ ਕਿੰਨਾ ਖਰਚਾ ਆ ਜਾਂਦਾ, ਫੈਮਿਲੀ ਨੂੰ ਤੁਸੀਂ ਡਿਵਾਈਡ ਕਰ ਦਿਓ, 200 ਨੂੰ ਡਿਵਾਈਡ ਕਰ ਦਿਓ, ਜਿੰਨੇ ਤੁਸੀਂ ਬੰਦੇ ਹੈਗੇ ਹੋ ਉਹਨਾਂ ਤੁਹਾਡਾ ਖਰਚਾ ਆ ਜਾਂਦਾ। ਜੇ ਤੁਸੀਂ ਬੇਬੀ ਵਾਲਾ ਪ੍ਰੋਸੈਸ ਲਾ ਰੱਖਿਆ ਫਿਰ ਤੁਸੀਂ ਉਹਦੀ ਕਰੈਚ ਦਾ ਖਰਚਾ ਅਤੇ ਉਹਦਾ ਜਿਹੜਾ ਤੁਸੀਂ ਮੈਡੀਕਲ ਦਾ ਖਰਚਾ ਅਤੇ ਤੁਸੀਂ ਉਹਦੀ ਉਹਦੀ ਮਦਰ ਦਾ ਖਰਚਾ ਤੁਸੀਂ ਆਪ ਕੱਢਣਾ ਹੈਗਾ, ਬੰਦੇ ਨੇ ਕੱਢਣਾ ਹੈਗਾ ਕਿਉਂਕਿ ਬੰਦਾ ਕੰਮ ਕਰ ਸਕਦਾ। ਅਤੇ ਇਸ ਕਰਕੇ ਤੁਸੀਂ ਲਾ ਲਓ ਕਿ ਫੈਮਿਲੀ ਬਟ ਜਿਹੜਾ ਪ੍ਰੋਸੈਸ ਲਾਉਣਾ ਚਾਹ ਰਿਹਾ ਬੇਬੀ ਦਾ ਉਹਦਾ ਖਰਚਾ ਤੁਸੀਂ ਮੰਨ ਕੇ ਚਲੋ 500-600 ਖਰਚਾ ਹੈਗਾ। ਸੋ ਮਿਨੀਮਮ 500-600 ਖਰਚਾ ਹੈਗਾ ਫੈਮਿਲੀ ਦਾ ਜਿਹੜਾ ਬਟ ਜਿਹੜਾ ਪ੍ਰੋਸੈਸ ਲਾ ਰਿਹਾ ਬੇਬੀ ਬੇਸ 'ਤੇ। ਠੀਕ ਹੈ, ਆਹ ਕੁਐਸਚਨ ਵੀ ਕਲੀਅਰ ਹੋ ਗਿਆ ਹੁਣ। ਕੁਐਸਚਨ ਨੰਬਰ 10th ਦੇ ਚੱਲਦੇ ਹਾਂ, 10th ਕੁਐਸਚਨ ਦੇ ਚੱਲਦੇ ਹਾਂ, ਲਾਸਟ ਕੁਐਸਚਨ ਦੇ ਚੱਲਦੇ ਹਾਂ। ਸੋ ਆਹ ਕੁਐਸਚਨ ਬੜਿਆਂ ਨੇ ਪੁੱਛਿਆ ਕਿ ਇੱਥੇ ਪੰਜਾਬੀ ਬਹੁਤ ਨੇ ਜਾਂ ਕਿੱਦਾਂ ਨੇ, ਕੈਨੇਡਾ ਵਾਂਗ ਨੇ ਪੰਜਾਬੀ ਕਿ ਕਿੱਦਾਂ ਨੇ। ਸੋ ਇੱਥੇ ਪੰਜਾਬੀ ਬਹੁਤ ਨੇ, ਸਗੋਂ ਦੀ ਇੱਥੇ ਹਲੇ ਲੋਕ ਆਉਣੇ ਸ਼ੁਰੂ ਹੋਏ ਨੇ, ਜਿੱਦਾਂ ਕੈਨੇਡਾ ਵੀ ਦੇ ਵਿੱਚ ਪੀੜ੍ਹੀਆਂ ਦੀ ਪੀੜ੍ਹੀਆਂ ਸ਼ੁਰੂ ਹੋ ਗਈਆਂ, ਨਹੀਂ ਤਾਂ ਤੀਜੀ ਚੌਥੀ ਪੀੜ੍ਹੀ ਸ਼ੁਰੂ ਹੋ ਗਈ ਹੈ, ਇੱਦਾਂ ਨਹੀਂ, ਹਜੇ ਪਹਿਲੀ ਦੂਜੀ ਹੀ ਚੱਲ ਰਹੀ ਹੈ। ਸੋ ਹਲੇ ਗਰੋਹ ਹੋ ਰਹੀ ਹੈ ਕੰਟਰੀ, ਪੰਜਾਬੀ ਜ਼ਿਆਦਾ ਨੇ ਇੱਥੇ, ਕਾਫੀ ਜ਼ਿਆਦਾ ਨੇ, ਹਰੇਕ ਥਾਂ ਤੁਹਾਨੂੰ ਪੰਜਾਬੀ ਮਿਲਣਗੇ ਇੱਥੇ। ਬਟ ਤੁਸੀਂ ਹੋਰ ਕੰਟਰੀ ਦੇ ਹਿਸਾਬ ਨਾਲ ਉਹਨਾਂ ਤੋਂ ਲੈਸ ਨੇ ਕਿਉਂਕਿ ਹਲੇ ਇਹਨਾਂ ਦੀਆਂ ਪੀੜ੍ਹੀਆਂ ਸ਼ੁਰੂ ਹੋਈਆਂ ਨੇ। ਸੋ ਇਹ ਕੁਐਸਚਨ ਦਾ ਆਨਸਰ ਆ ਸੀਗਾ ਕਿ ਜ਼ਿਆਦਾ ਨਹੀਂ ਹੈਗੇ ਪੰਜਾਬੀ ਇੱਥੇ, ਬਟ ਲਿਸਬਨ ਏਰੀਆ ਦੇ ਵਿੱਚ ਖਾਸ ਕਰਕੇ ਪੰਜਾਬੀ ਬਹੁਤ ਨੇ, ਫੈਮਿਲੀਆਂ ਦੀ ਫੈਮਿਲੀਆਂ ਨੇ ਕਈ ਥਾਵਾਂ 'ਤੇ ਇੱਥੇ, ਹਰੇਕ ਮਤਲਬ ਤੁਸੀਂ ਹਰੇਕ ਥਾਂ 'ਤੇ ਤੁਸੀਂ ਪੰਜਾਬੀ ਦੇਖ ਸਕਦੇ, ਹਰੇਕ ਥਾਂ 'ਤੇ ਤੁਸੀਂ ਪੰਜਾਬੀ ਨੇ ਸ਼ੋਪ ਪਾਈ ਦੇਖ ਸਕਦੇ ਹੋ, ਜਾਂ ਕੋਈ ਸ਼ੋਪ ਈਜ਼ੀ ਮਿਲ ਸਕਦੀ ਹੈ ਤੁਹਾਨੂੰ ਪੰਜਾਬੀ ਦੇ ਵਿੱਚ ਕੰਮ ਕਰ ਰਹੇ ਨੇ, ਕਈ ਰੈਸਟੋਰੈਂਟ ਨੇ। ਸੋ ਜੋਬ ਵੀ ਵਧੀਆ ਮਿਲ ਜਾਂਦੀ ਹੈ ਆਪਣੇ ਬੰਦਿਆਂ ਨੂੰ, ਅਤੇ ਆਪਣੇ ਬੰਦੇ ਹੈਗੇ ਵੀ ਬਹੁਤ ਨੇ, ਬਟ ਉਸ ਕੰਟਰੀਆਂ ਦੇ ਹਿਸਾਬ ਨਾਲ ਜਿਹੜੀ ਕੰਟਰੀ ਤੋਂ ਤੁਸੀਂ ਮੈਨੂੰ ਕੁਐਸਚਨ ਪੁੱਛਿਆ, ਬਟ ਇੱਥੇ ਬਹੁਤ ਜ਼ਿਆਦਾ ਹੈਗੇ ਪੰਜਾਬੀ। ਸੋ ਹੋਪ ਕਰਦਾ ਆਹ 10 ਕੁਐਸਚਨ ਤੁਹਾਨੂੰ ਕਲੀਅਰ ਹੋ ਗਏ ਹੋਣੇ, ਅਤੇ ਹੁਣ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਨੈਕਸਟ ਵੀਕ। ਬਟ ਸਬਸਕ੍ਰਾਈਬ ਕਰੋ ਚੈਨਲ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ। ਸੋ ਜਾਂਦੇ ਜਾਂਦੇ ਵੈਸੇ ਕੁਛ ਇੱਕ ਗੱਲ ਹੈਗੀ ਹੈ, ਬਟ ਉਹ ਅਗਲੀ ਵੀਡੀਓ ਦੇ ਵਿੱਚ ਦੱਸੂੰਗਾ, ਹੋਪ ਕਰਦਾ ਤੁਸੀਂ ਆਓਗੇ ਅਗਲੀ ਵੀਡੀਓ ਨੂੰ ਦੇਖਣ। ਸੋ ਅਗਲੀ ਵੀਡੀਓ ਦੇ ਵਿੱਚ ਇੱਕ ਸਰਪ੍ਰਾਈਜ਼ ਹੈ, ਅਤੇ ਉਹ ਸਰਪ੍ਰਾਈਜ਼ ਤੁਹਾਨੂੰ ਦੇਵਾਂਗੇ, ਅਤੇ ਬਟ ਉਹ ਦੇਵਾਂਗੇ ਅਗਲੀ ਵੀਡੀਓ ਦੇ ਵਿੱਚ, ਪਹਿਲਾਂ ਦੇਣਾ ਹੁਣ ਵੀ ਚਾਹੁੰਦਾ ਸੀ ਮੈਂ, ਬਟ ਉਹ ਵੀਡੀਓ ਨਾਲ ਤੁੱਕ ਬਣੂ ਕਿਉਂਕਿ ਉਸ ਵੀਡੀਓ ਦਾ ਮੇਰਾ ਥੋੜ੍ਹਾ ਪਲੈਨ ਹੈਗਾ ਉਸ ਵੀਡੀਓ ਨੂੰ ਥੋੜ੍ਹਾ ਜਿਹਾ ਲੰਬਾ ਖਿੱਚਣ ਦਾ, ਅਤੇ ਉਹ ਵੀਡੀਓ ਵੀ ਥੋੜ੍ਹੀ ਲੰਬੀ ਹੋਊਗੀ। ਸੋ ਮੈਨੂੰ ਦਿਓ ਇਜਾਜ਼ਤ ਤੁਸੀਂ, ਅੱਜ ਦੇ ਲਈ ਗੁੱਡ ਨਾਈਟ।